नमस्कार। खास खबर एक नज़र देख रहे साडे सारे दर्शकों का निघा स्वागत। खास खबर एक नज़र दे विच असीं झात पावांगे अज दीआं सुरखियां ते। इन्हां सुरखियां ते चर्चा करन दे लई साडे स्टूडियो दे विच मौजूद ने सीनियर पत्रकार डॉक्टर कमलेश सिंह दुग्गल जी। बहुत बहुत स्वागत है तुहाडा। शुक्रिया जी। जी पहली खबर जिहड़ी है उसे वल रुख करदे आं जो कि संसद दे नाल जुड़ी हुई है। संसद की कार्रवाई हुण तक सिर्फ 18 घंटे चली। दुग्गल साहब देश दे लई इक आर्थिक नुकसान वजों वेखदे हो? देखो ये बड़ी मंदभागी खबर हैगी आ जिहड़ी इस तरह के जिहड़े सैशन ने संसद दे उहनां दे विच खड़ोत आ जाणा। देखो असी जिहड़े हैगे मैंबर पार्लीमेंट भेजदे आ तां कि उह साडियां समस्यां दा जाके जिहड़ा पार्लीमेंट दे विच निपटारा कर सकन जां जो भी साडे लोकां दी भलाई दे लई बणे होए ने कानून। देखो ये हुण तीन सैशन हुंदे ने जे आपां देखिए तां समर विंटर ते मानसून। बिल्कुल। ते हुण मानसून जिहड़ा सैशन आ 19 जुलाई तो जिहड़ा 13 अगस्त तक ये चलना जी। ते अज मतलब जिहड़ा हैगा इहदे 9 दिन हो गए पूरे। 9 दिन तक असीं देखिआ हैगा वी कोई भी पार्लीमेंट दे दोनों सदनां दे विच बहुत ही घट जिहड़ा हैगा काम होया। रौला रप्पा जाके स्पीकर दे आसन दे विच जाके उहदे विच जाके उहनूं रोकना, बिल पाटने, मतलब इस तरह जिहड़ा हैगा कीता। सरकार भी जिहड़ी हैगी आ क्योंकि इहदे विच जिहड़ी खड़ोत आई आ सानूं सारा ही पता वी उह जसूसी वाला जिहड़ा लोकी अपोजिशन जिहड़ियां विरोधी धिरां मंग कर रहीआं ने ते ਉਹ ਸਾਡੇ ਜਿਹੜੇ ਸੰਸਦ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਇਹ ਸਰਕਾਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਇਜ਼ਰਾਈਲੀ ਜਸੂਸੀ ਕੰਪਨੀ ਦਾ ਹੈ ਨਾ। ਅਤੇ ਹੁਣ ਜਿਹੜੇ ਹੈਗਾ ਲੋਕ ਵੀ ਥੋੜ੍ਹੇ ਜਿਹੇ ਅੱਕੇ ਪਏ ਆ, ਥੱਕੇ ਪਏ ਆ ਵੀ ਇਹ ਹੋ ਕੀ ਰਿਹਾ ਕਿਉਂਕਿ ਅੱਗੇ ਤਾਂ ਹੁੰਦਾ ਸੀ ਸਾਨੂੰ ਦੇਖੋ ਨਹੀਂ ਪਤਾ ਲੱਗਦਾ ਸੀ ਜਿਹੜੀ ਸੰਸਦ ਦੀ ਕਾਰਵਾਈ ਹੁੰਦੀ ਸੀ ਕਿਉਂਕਿ ਉਹਦੇ ਵਿੱਚ ਨਾ ਤਾਂ ਕੋਈ CCTV ਵਰਗਾ ਕੋਈ ਉਪਕਰਨ ਹੁੰਦਾ ਸੀ ਨਾ ਕੋਈ ਵੈਸੀ ਸਾਨੂੰ ਅਗਲੇ ਦਿਨ ਜਾ ਕੇ ਅਖਬਾਰਾਂ 'ਚੋਂ ਜਾਂ ਸਾਨੂੰ ਮਾੜਾ ਮੋਟਾ ਰੇਡੀਓ TV ਦੀਆਂ ਖਬਰਾਂ ਤੋਂ ਪਤਾ ਲੱਗਦਾ ਸੀ। ਪਰ ਹੁਣ ਤਾਂ ਲੋਕ ਜਿਹੜੇ ਹੈਗੇ ਉਹ ਸਾਹਮਣੇ ਦੇਖਦੇ ਆ, ਸਾਰਾ ਕੁਛ ਦੇਖ ਰਹੇ ਆ। ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਦੇਖੋ ਜਿੱਥੇ ਤਾਂ ਵਿਰੋਧੀ ਧਿਰ ਜੇ ਮੰਗ ਕਰ ਰਹੀ ਹੈ ਤਾਂ ਜੇ ਸਰਕਾਰ ਨੂੰ ਚਾਹੀਦਾ ਵੀ ਕੋਈ ਨਾ ਕੋਈ ਕਿਵੇਂ ਨਾ ਕਿਵੇਂ ਜਿਹੜੀ ਖੜੋਤ ਜਿਹੜੀ ਹੈਗੀ ਤੋੜਨੀ ਚਾਹੀਦੀ ਹੈ ਕਿਉਂਕਿ ਜੇ ਖੜੋਤ ਤੋੜਾਂਗੇ ਤਾਂ ਹੀ ਕੰਮ ਹੋਵਾਂਗੇ। ਦੇਖੋ ਇਹ ਪਾਰਲੀਮੈਂਟ ਦਾ ਜਿਹੜਾ ਪ੍ਰਿਆ ਜਿਹੜਾ ਖਰਚਾ ਆ ਇਹ ਲੱਖਾਂ ਰੁਪਈਏ ਦਾ ਇੱਕ ਮਿੰਟ ਦਾ ਖਰਚਾ ਆ। ਹੁਣ ਤੱਕ ਅਸੀਂ ਦੇਖੀਏ ਤਾਂ ਕਰੋੜਾਂ ਰੁਪਈਏ ਜਿਹੜੇ ਹੈਗੇ ਆ। ਹੁਣ ਇਹ ਕਰੋੜਾਂ ਰੁਪਈਏ ਕਿਹਦੇ ਨੇ? ਇਹ ਸਾਡੇ ਆਮ ਲੋਕਾਂ ਦੇ ਨੇ ਜਿਹੜੇ ਅਸੀਂ ਟੈਕਸਾਂ ਰਾਹੀਂ ਭਰਦੇ ਹਾਂ। ਜੇ ਹੁਣ ਪਾਰਲੀਮੈਂਟ ਦੇ ਵਿੱਚ ਕੰਮ ਹੀ ਨਹੀਂ ਹੋਊਗਾ, ਕਿੰਨਾ ਉਹਨਾਂ ਦੇ ਪੱਤੇ ਜਿਹੜੇ ਪਾਰਲੀਮੈਂਟ ਮੈਂਬਰ ਨੇ, ਕਿੰਨੇ ਉਹਨਾਂ ਦੇ ਆਉਣ ਜਾਣ ਦਾ, ਉਹਨਾਂ ਦੇ ਅਮਲੇ ਫੈਲੇ ਦਾ ਜਿਹੜਾ ਸਾਰਾ ਖਰਚਾ ਆ ਉਹ ਸਾਡੇ 'ਤੇ ਪੈਂਦਾ ਆ। ਕਿਉਂਕਿ ਜਦੋਂ ਅਸੀਂ ਇੱਕ ਪਾਸੇ ਦਾ ਚਾਹੁੰਦੇ ਵੀ ਅਸੀਂ ਹੁਣ ਵਿਕਾਸ ਮੁਖੀ ਦੇਸ਼ ਹਾਂ, ਅਸੀਂ ਵਿਕਾਸ ਕਰ ਰਹੇ ਹਾਂ, ਅਸੀਂ ਜਿਹੜੀਆਂ ਦੇਖੋ ਗੱਲਾਂ ਹੁੰਦੀਆਂ ਨੇ ਇਹ ਨਹੀਂ ਵੀ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਕਾਨੂੰਨ ਦਾ ਰਾਜ ਜਿਵੇਂ ਆਪਾਂ ਸੰਵਿਧਾਨ ਦੇ ਅਨੁਸਾਰ ਚੱਲਦੇ ਹੈਗੇ ਉਹ ਚੱਲਣਾ ਚਾਹੀਦਾ। ਸਰਕਾਰ ਨੂੰ ਵੀ ਚਾਹੀਦਾ ਵੀ ਜੇ ਕੋਈ ਵਿਰੋਧੀ ਧਿਰਾਂ ਦੀਆਂ ਜਿਹੜੀ ਕੋਈ ਮੰਗਾਂ ਹੈਗੀਆਂ ਨੇ, ਕੋਈ ਜੇ ਕੋਈ ਉਹ ਕਹਿ ਰਿਹਾ ਵੀ ਇਹਨਾਂ ਦੇ ਉੱਪਰ ਜਿਹੜੀ ਹੈ ਇਹਦੀ ਬਹਿਸ ਹੋਣੀ ਚਾਹੀਦੀ ਆ ਤਾਂ ਕਰਾ ਲੈਣੀ ਚਾਹੀਦੀ ਆ, ਕੋਈ ਐਡੀ ਗੱਲ ਨਹੀਂ ਹੈਗੀ। ਕਿਉਂਕਿ ਵੈਸੇ ਤਾਂ ਸਰਕਾਰ ਦੇ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਜੋਸ਼ੀ ਸਾਹਿਬ ਉਹ ਕਹਿ ਚੁੱਕੇ ਨੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਜਦੋਂ ਵੀ ਜੇ ਸਰਕਾਰ ਵਿਰੋਧੀ ਧਿਰਾਂ ਸਾਨੂੰ ਚਾਹੁਣਗੀਆਂ ਤਾਂ ਅਸੀਂ ਬਹਿਸ ਕਰਾਂਗੇ। ਪਰ ਇਹ ਮਾਮਲਾ ਜਿਹੜਾ ਹੈਗਾ ਹੋਣਾ ਚਾਹੀਦਾ ਕਿਉਂਕਿ ਤਿੰਨ ਸੈਸ਼ਨ ਜਿਹੜੇ ਆ ਬਹੁਤ ਜ਼ਰੂਰੀ ਹੁੰਦੇ ਆ। ਜਿਵੇਂ ਹੁਣ ਤੁਸੀਂ ਦੇਖਿਆ ਵੀ ਦੇਖੋ ਇਹ ਹੁਣ 13 ਅਗਸਤ ਤੱਕ ਜਿਹੜੀ ਹੈਗੀ ਆ ਪਾਰਲੀਮੈਂਟ ਚੱਲਣੀ ਆ, ਅਸੀਂ ਦੇਖ ਰਹੇ ਹਾਂ ਵੀ ਦੋਨੋਂ ਸਦਨ ਉੱਪਰਲਾ ਸਦਨ ਦੇ ਵਿੱਚ ਕੋਈ ਕੰਮ ਹੋ ਰਿਹਾ ਨਾ ਹੀ ਜਿਹੜਾ ਹੈਗਾ ਨੀਚੇ ਵਾਲਾ ਸਦਨ ਜਿਹੜਾ ਲੋਕਾਂ ਦਾ ਸਦਨ ਆ, ਅਤੇ ਦੋਨਾਂ ਦੇ ਵਿੱਚ ਨਹੀਂ ਕੋਈ ਕੰਮ ਹੋ ਰਿਹਾ। ਜੇ ਕੰਮ ਹੋ ਰਿਹਾ ਤਾਂ ਉਹ ਮਾੜੇ ਮੋਟਾ ਜਿਹੜੇ ਹੈਗਾ ਪ੍ਰਸ਼ਨ ਕਾਲ ਅਸੀਂ ਦੇਖਿਆ 0R ਉਹ ਨਹੀਂ ਹੋ ਰਿਹਾ ਇਸ ਟਾਈਮ। ਅੱਗੇ ਵੀ ਅਸੀਂ ਦੇਖ ਰਹੇ ਹਾਂ ਵੀ ਮਤਲਬ ਕਿ ਪਹਿਲਾਂ ਵੀ ਜਦੋਂ UPA ਦੀ ਸਰਕਾਰ ਹੁੰਦੀ ਸੀ ਉਦੋਂ ਵੀ ਐਵੇਂ ਹੁੰਦਾ ਸੀ, ਹੁਣ NDA ਦੇ, ਪਰ ਲੋਕ ਜਿਹੜੇ ਹੈਗੇ ਆ ਹੁਣ ਕਾਫੀ ਸੁਚੇਤ ਨੇ, ਉਹ ਇਹੀ ਸਾਡੇ ਇਸ ਮਾਧਿਅਮ ਰਾਹੀਂ ਵੀ ਮੀਡੀਆ ਦੇ ਰਾਹੀਂ ਵੀ ਮੰਗ ਕਰਦੇ ਆ ਵੀ ਅੱਗੇ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ। ਦੇਖੋ ਜਿੰਨੇ ਵੀ ਮਾਮਲੇ ਨੇ ਜਿਹੜੇ ਹੈਗੇ ਆ ਉਹਨਾਂ 'ਤੇ ਸਰਕਾਰ ਨੂੰ ਵੀ ਜਿਹੜਾ ਨਰਮ ਰਵੱਈਆ ਅਖਤਿਆਰ ਕਰਨਾ ਚਾਹੀਦਾ, ਅਤੇ ਪਲੱਸ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਦੇਖੋ ਜੇ ਜਿੰਨਾ ਚਿਰ ਸੰਵਾਦ ਨਹੀਂ ਹੋਊਗਾ ਜਿੰਨਾ ਚਿਰ ਕੁਛ ਹੋ ਉਨੀ ਦੇਰ ਤਾਂ ਮਸਲੇ ਹੱਲ ਨਹੀਂ ਹੋਣੇ। ਮਸਲੇ ਤਾਂ ਜਿਹੜੇ ਹੈਗੇ ਉਹ ਸੰਵਾਦ ਰਾਹੀਂ ਹੋਣੇ ਆ, ਇੱਕ ਦੂਜੇ ਨਾਲ ਤੁਸੀਂ ਗੱਲਬਾਤ ਕਰੋਗੇ, ਇੱਕ ਦੂਜੇ ਉਹਦਾ ਹੱਲ ਲੱਭੋਗੇ ਤਾਂ ਲੋਕਾਂ ਦੀਆਂ ਜਾ ਕੇ ਸਮੱਸਿਆਵਾਂ ਹੱਲ ਹੋਣਗੀਆਂ। ਜੇ ਆਪਾਂ ਬਹੁਤ ਹੀ ਜ਼ਿਆਦਾ ਅਸੀਂ ਰੌਲਾ ਪਾਈ ਜਾਵਾਂਗੇ ਫਿਰ ਇਹ ਮਾਮਲਾ ਜਿਹੜਾ ਹੈਗਾ ਉੱਥੇ ਦਾ ਉੱਥੇ ਹੀ ਆ। ਜਿਵੇਂ ਉਹ ਕਰੋੜਾਂ ਰੁਪਇਆ, ਕਰੋੜਾਂ ਕੀ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਅਰਬਾਂ ਰੁਪਏ ਦਾ ਜਿਹੜਾ ਭਾਰ ਆ ਉਹ ਸਾਡੇ ਲੋਕਾਂ ਦੇ ਉੱਪਰ ਹੀ ਪੈਣਾ ਆ ਜਿਹੜਾ ਅਸੀਂ ਟੈਕਸਾਂ ਰਾਹੀਂ ਦੇ ਰਹੇ ਹਾਂ ਸਰਕਾਰ। ਬਿਲਕੁਲ, ਅਗਲੀ ਸੁਰਖੀ ਦੇ ਵੱਲ ਅਸੀਂ ਰੁੱਖ ਕਰਦੇ ਹਾਂ। ਕੱਲ੍ਹ ਭਾਰਤ ਅਤੇ ਚੀਨ ਦੇ ਵਿਚਕਾਰ 12ਵੀਂ ਗੇੜ ਦੀ ਜਿਹੜੀ ਗੱਲਬਾਤ ਹੈ ਹੋਈ, ਦੁੱਗਲ ਸਾਹਿਬ ਕੁਝ ਸਕਾਰਾਤਮਕ ਜਿਹੜੀ ਚੀਜ਼ਾਂ ਨੇ ਉਹ ਅੱਗੇ ਦਿਖਦੀਆਂ ਨਜ਼ਰ ਆ ਰਹੀਆਂ ਨੇ?
ਦੇਖੋ ਇਹ 12ਵੇਂ ਗੇੜ ਦੀ ਜਿਹੜੀ ਫੌਜੀ ਅਫਸਰਾਂ ਦੀ ਜਿਹੜੀ ਹੈਗੀ ਆ ਮੀਟਿੰਗ ਹੋਈ ਆ ਅਸੀਂ ਦੇਖਿਆ ਹੈਗਾ ਜੇ ਮੈਂ ਗੱਲ ਕਰਾਂ ਅਕਤੂਬਰ 2019 ਦੀ ਜਦੋਂ ਚੀਨ ਦੇ ਰਾਸ਼ਟਰਪਤੀ ਜਿਹੜੇ ਸਾਡੇ ਤਾਮਿਲਨਾਡੂ ਦੇ ਵਿੱਚ ਆਏ ਸੀ ਤਾਂ ਇੱਕ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਸੀ ਵੀ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਹਿਯੋਗ ਆ ਜਿਹੜਾ ਵੀ ਇਹ ਹੁਣ ਕੋਈ ਤਣਾਅ ਨਹੀਂ ਹੋਊਗਾ ਕੋਈ ਕੁਛ ਨਹੀਂ ਹੋਊਗਾ ਪਰ ਫਿਰ ਅਸੀਂ ਜਾ ਕੇ ਅਕਤੂਬਰ 2019 ਤੋਂ ਬਾਅਦ ਦੇਖਿਆ 5 ਮਈ ਨੂੰ ਜਿਹੜਾ ਹੈਗਾ 2020 ਨੂੰ ਤਾਂ ਉਹਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦਾ ਤਣਾਅ ਹੋਇਆ ਜਿਹਦੇ ਵਿੱਚ ਸਾਡੇ 70 ਦੇ ਕਰੀਬ ਜਿਹੜੇ ਹੈ ਫੌਜੀ ਜਿਹੜੇ ਜ਼ਖਮੀ ਹੋਏ ਜੀ ਅਤੇ ਅਸੀਂ ਉਹ ਤੋਂ ਬਾਅਦ ਜਿਹੜਾ ਹੈਗਾ 15-16 ਜੂਨ ਨੂੰ ਜਾ ਕੇ 2020 ਨੂੰ ਪਿਛਲੇ ਸਾਲ ਅਸੀਂ ਦੇਖਿਆ ਹੈਗਾ ਵੀ ਸਾਡੇ ਜਿਹੜੇ ਹੈਗਾ 20 ਦੇ ਕਰੀਬ ਜਿਹੜੇ ਸੈਨਿਕ ਆ ਉਹ ਸ਼ਹੀਦ ਹੋ ਗਏ ਇੱਕ ਕਰਨਲ ਸਮੇਤ ਇਸੇ ਤਰ੍ਹਾਂ 40 ਦੇ ਕਰੀਬ ਜਿਹੜੇ ਹੈਗੇ ਚੀਨ ਦੇ ਜਿਹੜੇ ਸੈਨਿਕ ਜਿਹੜੇ ਹੈਗੇ ਮਾਰੇ ਗਏ ਸੀ ਉਸ ਤੋਂ ਲੈ ਕੇ ਜਿਹੜਾ ਹੈਗਾ ਲਗਾਤਾਰ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਦੇਖੋ ਜਿਵੇਂ ਇਹ ਜਿਹੜੀ ਜਦੋਂ ਚੀਨ ਦੇ ਰਾਸ਼ਟਰਪਤੀ ਆਏ ਸੀ ਇਹ ਦੂਜੀ ਗੈਰ ਰਸਮੀ ਸਿਖਰ ਵਾਰਤਾ ਸੀ ਉਸ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਉਹਨੀ ਵੁਹਾਨ ਗਏ ਸੀ ਅਤੇ ਵੁਹਾਨ ਦੇ ਵਿੱਚ ਪਹਿਲੀ ਗੈਰ ਰਸਮੀ ਜਿਹੜੀ ਹੈਗੀ ਸੀ ਇੱਕ ਵਾਰੀ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਸੀ ਵੀ ਹੁਣ ਜਿਹੜਾ ਤਣਾਅ ਦੋਨਾਂ ਦੇਸ਼ਾਂ ਵਿਚਕਾਰ ਖਤਮ ਹੋਜੂ ਪਰ ਅਜੇ ਤੱਕ ਤਣਾਅ ਜਿਹੜਾ ਹੈਗਾ ਉਹ ਖਤਮ ਨਹੀਂ ਹੋ ਰਿਹਾ ਹਾਲਾਂਕਿ 12ਵੇਂ ਗੇੜ ਦੀ ਜਿਹੜੀ ਕੱਲ੍ਹ ਜਿਹੜੀ ਗੱਲਬਾਤ ਹੋਈ ਆ ਇਹ ਚੀਨ ਵਾਲੇ ਪਾਸੇ ਮਲੋਡੋ ਦੇ ਵਿੱਚ ਹੋਈ ਆ ਅਤੇ ਇਹ 9 ਤੋਂ ਲੈ ਕੇ 10 ਘੰਟੇ ਤੱਕ 10:30 ਵਜੇ ਸ਼ੁਰੂ ਹੋਈ ਸੀ ਅਤੇ 7:30 ਵਜੇ ਜਾ ਕੇ ਇਹ ਖਤਮ ਹੋਈ ਆ ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਤਾਂ ਹੈਗਾ ਵੀ ਦੋਨੇ ਦੇਸ਼ਾਂ ਜਿਹੜੇ ਹੈਗੇ ਆ ਵੀ ਚੀਨ ਜਿਹੜਾ ਹੈਗਾ ਉਹ ਇੰਨੇ ਆਪਣੇ ਬਿੰਦੂਆਂ ਤੋਂ ਜਿਹੜੀ ਆਪਣੀ ਫੌਜ ਆ ਵਾਪਸ ਲੈ ਕੇ ਜਾਊਗਾ ਦੇਖੋ ਇਹ ਜਿਹੜਾ ਹੈਗਾ ਕਾਫੀ ਦੇਰ ਤੋਂ ਜਿਹੜਾ ਹੈਗਾ ਮਾਮਲਾ ਜਿਹੜਾ ਹੈਗਾ ਚੱਲ ਰਿਹਾ ਅਸੀਂ ਦੇਖੋ ਭਾਰਤ ਨੇ ਜਿਹੜਾ ਹੈਗਾ 118 ਐਪਸ ਵੀ ਚੀਨ ਦੀਆਂ ਬੰਦ ਕੀਤੀਆਂ ਸੀ ਸਾਨੂੰ ਪਤਾ ਵੀ ਜਦੋਂ 1 ਨਵੰਬਰ ਤੋਂ ਪਹਿਲਾਂ ਦੀ ਗੱਲ ਕੀਤੀ ਅਮੈਰੀਕਾ ਨੇ ਸਾਡੀ ਬਹੁਤ ਸਪੋਰਟ ਕੀਤੀ ਸੀ ਖਾਸ ਕਰਕੇ ਉਦੋਂ ਦੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਭਾਰਤ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜਿਆ ਸੀ ਅਤੇ ਇਸ ਤਰ੍ਹਾਂ ਕਰਕੇ ਮਤਲਬ ਕਿ ਜਿਹੜਾ ਹੈਗਾ ਗੱਲਬਾਤ ਚੱਲੀ ਜਾ ਰਹੀ ਆ ਪਰ ਹੁਣ ਜਿਹੜੀ ਹੈਗੀ ਹੈ ਗੱਲ ਜਿਹੜੀ ਹੈਗੀ ਆ ਲੱਗਦੀ ਆ ਵੀ ਸ਼ਾਇਦ ਕਿਉਂਕਿ ਦੋਨੇ ਚੀਨ ਦੀਆਂ ਜਿਹੜੀਆਂ ਫੌਜਾਂ ਨੇ ਉਹ ਜਿਹੜੇ ਬਿੰਦੂ ਨੇ ਗਲਵਾਨ ਘਾਟੀ ਦੇ ਵਿੱਚ ਜਾਂ ਪੂਰਬੀ ਲੱਦਾਖ ਦੇ ਵਿੱਚ ਉਹਨਾਂ ਤੋਂ ਪਿੱਛੇ ਹਟਣ ਦਾ ਉਹਨਾਂ ਨੇ ਐਲਾਨ ਕੀਤਾ ਆ ਕਿਉਂਕਿ ਦੇਖੋ ਚੀਨ ਨੇ ਥੋੜ੍ਹੀ ਜਿਹੜੀ ਸ਼ਰਾਰਤ ਇਹ ਕੀਤੀ ਆ ਵੀ ਦੇਖੋ ਸਾਡੀ ਬਹੁਤ ਲੰਮੀ ਜਿਹੜੀ ਹੈਗੀ ਚੀਨ ਨਾਲ ਲਾਈਨ ਆ LAC ਠੀਕ ਹੈ ਨਾ ਲਾਈਨ ਆਫ ਐਕਚੁਅਲ ਕੰਟਰੋਲ ਲਾਈਨ ਆਫ ਐਕਚੁਅਲ ਕੰਟਰੋਲ ਦੇ ਵਿੱਚ ਜਦੋਂ ਇਹਨਾਂ ਨੇ ਉੱਥੇ ਸੜਕਾਂ ਬਣਾਉਣੀਆਂ ਸ਼ੁਰੂ ਕਰਤੀਆਂ ਉੱਥੇ ਹੈਲੀਕਾਪਟਰ ਪੈਡ ਜਿਹੜੇ ਹੈਗੇ ਬਣਾਉਣੇ ਸ਼ੁਰੂ ਕਰਤੇ ਉੱਥੇ ਬਹੁਤ ਕੁਛ ਇਸ ਤਰ੍ਹਾਂ ਦਾ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਦੇਖੋ ਜਿਹੜੀ 15-16 ਦੀ ਜਿਹੜੀ ਘਟਨਾ ਹੋਈ ਸੀ ਸਾਡੇ ਉਹਨਾਂ ਨੇ ਅਚਨਚੇਤ ਹੀ ਜਿਹੜਾ ਹੈਗਾ ਹਮਲਾ ਹੋਇਆ ਹਾਲਾਂਕਿ ਇਹ ਸਾਰਾ ਕੁਛ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਜੇ ਆਪਾਂ 1962 ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਚਾਈਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਪੰਗਾ ਲੈਂਦਾ ਆ ਰਿਹਾ ਅਸੀਂ ਦੇਖਿਆ 1949 ਦੇ ਵਿੱਚ ਚੀਨ ਜਿਹੜਾ ਹੈਗਾ ਉਹ ਆਜ਼ਾਦ ਹੋਇਆ ਸੀ ਪ੍ਰੀਆ ਅਤੇ ਅਸੀਂ ਇਹ ਵੀ ਦੇਖਿਆ ਵੀ ਜਦੋਂ ਇਹਨੇ ਤਿੱਬਤ ਦੇ ਹਮਲਾ ਕੀਤਾ ਦਲਾਈ ਲਾਮਾ ਜਿਹੜਾ 1969 ਦੇ ਵਿੱਚ ਸਾਡੇ ਦੇਸ਼ ਵਿੱਚ ਪਨਾਹ ਲਈ ਸੀ ਉਦੋਂ ਤੋਂ ਹੀ ਸਾਡੇ ਨਾਲ ਇਹ ਜਿਹੜਾ ਖਾਰ ਖਾਂਦਾ ਆ ਰਿਹਾ ਸੋ ਇਹ ਮਾਮਲਾ ਜਿਹੜਾ ਹੈਗਾ ਰੁਕਣਾ ਚਾਹੀਦਾ ਦੋਨਾਂ ਦੇਸ਼ਾਂ ਦੇ ਵਿੱਚ ਆਪਸੀ ਸਹਿਯੋਗ ਜਿਹੜਾ ਹੋਣਾ ਚਾਹੀਦਾ ਜੀ ਅਗਲੀ ਖਬਰ ਦੇ ਵੱਲ ਅਸੀਂ ਰੁਕ ਕਰਦੇ ਹਾਂ ਟੋਕਿਓ ਓਲੰਪਿਕਸ ਦੇ ਨਾਲ ਜੁੜੀ ਹੋਈ ਹੈ ਭਾਰਤ ਦੀ ਮਹਿਲਾਵਾਂ ਦਾ ਕੱਲ੍ਹ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਦੁੱਗਲ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇਹ ਬੜੀ ਮਾਣ ਵਾਲੀ ਗੱਲ ਹੈਗੀ ਹੈ ਵੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਸਾਡੇ ਸਿਲਵਰ ਦਾ ਜਿਹੜਾ ਹੈਗਾ ਮੀਨਾ ਬਾਈ ਚੀਨੂ ਨੇ ਜਿਹੜਾ ਹੈਗਾ ਉਹਨਾਂ ਨੇ ਸਿਲਵਰ ਦਾ ਜਿਹੜਾ ਹੈਗਾ ਮੈਡਲ ਜਿੱਤ ਕੇ ਸਾਰੇ ਭਾਰਤ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੇ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਇਆ ਸੀ ਹੁਣ ਉਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਦੀ ਖਿਡਾਰਨ ਕਮਲਪ੍ਰੀਤ ਕੌਰ ਬੱਲ ਜਿਹੜੀ ਹੈਗੀ ਆ ਇੱਕ ਲੰਮੀ ਹਲਕੇ ਨੂੰ ਬਿਲੋਂਗ ਕਰਦੀ ਆ ਅਤੇ ਕੱਲ੍ਹ ਮਤਲਬ ਕਿ ਜਦੋਂ ਉਹਨੇ 64 ਮੀਟਰ ਦੀ ਜਿਹੜੀ ਥਰੋ ਡਿਸਕ ਸਿੱਟੀ ਤਾਂ ਉਹਦੇ ਨਾਲ ਫਿਰ ਇੱਕ ਵਾਰੀ ਜਾਨੀ ਲੋਕਾਂ ਦੇ ਵਿੱਚ ਬਹੁਤ ਮਾਹੌਲ ਜਿਹੜਾ ਉਹ ਉਤਸ਼ਾਹਪੂਰਨ ਆ ਅਤੇ ਇਸ ਕਰਕੇ ਜਿਹੜਾ ਹੈਗਾ ਹੁਣ ਦੂਸਰੀ ਥਾਂ ਦੇ ਵਿੱਚ ਉਹ ਆ ਗਈ ਆ ਸਿਰਫ ਇੱਕ ਕਦਮ ਗੋਲਡ ਮੈਡਲ ਤੋਂ ਉਹ ਪਿੱਛੇ ਆ ਉਹਦਾ ਸੋਮਵਾਰ ਨੂੰ ਫਿਰ ਮੁਕਾਬਲਾ ਹੋਣਾ ਅਸੀਂ ਤਾਂ ਆਸ ਕਰਦੇ ਹਾਂ ਵੀ ਗੋਲਡ ਮੈਡਲ ਜਿਹੜਾ ਹੈਗਾ ਕਮਲ ਲੈ ਕੇ ਆਵੇ ਅਤੇ ਕੱਲ੍ਹ ਬਹੁਤ ਸਾਰੇ ਲੀਡਰਾਂ ਨੇ ਜਿਹੜੀ ਹੈਗੇ ਆ ਉਹ ਕਮਲਪ੍ਰੀਤ ਨਾਲ ਫੋਨ 'ਤੇ ਗੱਲਬਾਤ ਕੀਤੀ ਆ ਖਾਸ ਕਰਕੇ ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਖੇਡ ਮੰਤਰੀ ਉਹਨਾਂ ਨੇ ਵੀ ਗੱਲ ਕੀਤੀ ਆ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਬਾਦਲ ਸਾਹਿਬ ਨੇ ਕਿਉਂਕਿ ਬਾਦਲ ਸਾਹਿਬ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਵੀ ਉਹਦੇ ਨਾਲ ਗੱਲ ਕੀਤੀ ਆ ਅਤੇ ਇਸ ਤਰ੍ਹਾਂ ਕਰਕੇ ਕੱਲ੍ਹ ਕਮਾਲ ਦੀ ਗੱਲ ਇਹ ਆ ਵੀ ਜਦੋਂ ਇਹ ਮੈਚ ਹੋ ਰਿਹਾ ਸੀ ਕਮਲ ਦਾ ਤਾਂ ਉਹਦੇ ਫਾਦਰ ਜਿਹੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਅਤੇ ਉਹ ਅੱਜ ਉਹ ਕਹਿੰਦੇ ਵੀ ਨਹੀਂ ਮੈਂ ਹੁਣ ਸੋਮਵਾਰ ਨੂੰ ਜ਼ਰੂਰ ਆਪਣੀ ਧੀ ਦਾ ਜਿਹੜਾ ਦੇਖਾਂ ਪਰ ਉਹਨਾਂ ਨੇ ਕਿਉਂਕਿ ਜਿਹੜੇ ਕੌਮੀ ਰਿਕਾਰਡ ਇਹਨੇ ਜਿੰਨੇ ਵੀ ਸੀ ਕੌਮੀ ਰਿਕਾਰਡ ਇਹ ਸਾਰੇ ਕਮਲ ਨੇ ਤੋੜੇ ਹੋਏ ਨੇ ਅਤੇ ਉਹਨੇ ਕਮਾਲ ਦੀ ਗੱਲ ਇਹ ਆ ਵੀ ਕਿਸੇ ਵੀ ਜਿਹੜੀ ਕੌਮੀ ਜਿਹੜੀਆਂ ਅੰਤਰਰਾਸ਼ਟਰੀ ਖੇਡਾਂ ਨੇ ਜਾਂ ਜੋ ਵੀ ਰਾਸ਼ਟਰੀ ਖੇਡਾਂ ਨੇ ਵੱਡੀਆਂ ਉਹਦੇ ਵਿੱਚ ਕਦੇ ਵੀ ਹਿੱਸਾ ਨਹੀਂ ਲਿਆ ਨਾ ਕਾਮਨਵੈਲਥ ਗੇਮਾਂ ਦੇ ਵਿੱਚ ਨਾ ਸਿੱਧਾ ਹੀ ਜਾ ਕੇ ਉਹਨੇ ਜਿਹੜਾ ਹੈਗਾ ਇੱਧਰ ਲਿਆ ਸੀ ਸੋ ਇਸ ਇੱਕ ਆਸ ਦੀ ਕਿਰਨ ਸਾਨੂੰ ਆ ਵੀ ਕਮਲ ਤੋਂ ਸਾਰੇ ਦੇਸ਼ ਨੂੰ
ਅਤੇ ਖਾਸ ਕਰਕੇ ਸਾਡੇ ਪੰਜਾਬ ਨੂੰ, ਕਿਉਂਕਿ ਪੰਜਾਬ ਦੇ ਅਸੀਂ ਦੇਖਿਆ ਵੀ 13 ਖਿਡਾਰੀ ਜਿਹੜੇ ਹੈਗੇ ਆ ਉਹ ਓਲੰਪਿਕ ਦੇ ਵਿੱਚ ਖੇਡ ਰਹੇ ਨੇ, 2 ਚੰਡੀਗੜ੍ਹ ਦੇ ਨੇ, ਸੋ ਇਸ ਕਰਕੇ ਸਾਨੂੰ ਜ਼ਰੂਰੀ ਆ। ਦੂਸਰੀ ਗੱਲ ਜਿਹੜੀ ਹੈਗੀ ਆ, ਕੱਲ੍ਹ ਮਹਿਲਾ ਜਿਹੜੀ ਹਾਕੀ ਟੀਮ ਸੀ ਉਹ ਵੀ 41 ਸਾਲਾਂ ਦੇ ਬਾਅਦ ਜਿਹੜੀ ਹੈਗੀ ਆ ਉਹ ਕੁਆਟਰ ਫਾਈਨਲ ਦੇ ਵਿੱਚ ਪਹੁੰਚੀ ਆ। ਉਹਦੇ ਵਿੱਚ ਵੀ ਕੱਲ੍ਹ ਜਿਹੜੀ ਹੈਗੀ ਆ ਸਾਡੀ ਕਟਾਰੀਆ ਨੇ ਜਿਹੜੇ 3 ਗੋਲ ਕਰਕੇ ਹੈਟ੍ਰਿਕ ਬਣਾਈ ਆ, ਉਹਨੇ ਵੀ ਇੱਕ ਇਤਿਹਾਸ ਰਚਿਆ। ਅਤੇ ਸਾਨੂੰ ਪੂਰੀ ਆਸ ਆ ਵੀ ਜਿਹੜੀ ਭਾਰਤ ਦੀ ਜਿਹੜੀ ਮਹਿਲਾ ਹਾਕੀ ਦੀ ਟੀਮ ਵੀ ਪੁਰਸ਼ਾਂ ਦੀ ਟੀਮ ਵਾਂਗੂ ਜਿਹੜਾ ਹੈਗਾ ਉਹ ਮੈਡਲ ਲੈ ਕੇ ਹੀ ਆਵੇਗੀ। ਇਸ ਤਰ੍ਹਾਂ ਜਿਹੜੇ ਹੋਰ ਵੀ ਖਿਡਾਰੀ ਨੇ, ਜਿਵੇਂ ਆਪਾਂ ਪੀ ਵੀ ਸਿੰਧੂ ਦੀ ਗੱਲ ਕਰੀਏ ਤਾਂ ਪੀ ਵੀ ਸਿੰਧੂ ਜਿਹੜੀ ਹੈਗੀ ਉਹ ਕਾਂਸੀ ਦੇ ਤਗਮੇ ਦੇ ਲਈ ਉਹਨਾਂ ਦਾ ਵੀ ਮੈਚ ਹੋਣਾ ਆ, ਅਤੇ ਉਹਨਾਂ ਨੇ ਵੀ ਜਿਹੜਾ ਹੈਗਾ ਵੀ ਚਲੋ ਦੇਖੋ ਉਹਨੇ ਜਪਾਨ ਦੀ ਖਿਡਾਰਨ ਨੂੰ ਜਿਹੜਾ ਹੈਗਾ ਹਰਾਇਆ ਸੀ, ਜਿਹੜੀ ਵਿਸ਼ਵ ਦੀ 5ਵੇਂ ਨੰਬਰ ਦੀ ਖਿਡਾਰਨ ਆ, ਪਰ ਅੱਗੇ ਜਾ ਕੇ ਜਿਹੜੀ ਹੈਗੀ ਆ ਉਹ ਚਾਈਨਾ ਦੀ ਖਿਡਾਰਨ ਤੋਂ ਜਿਹੜੀ ਹੈਗੀ ਆ ਉਹ ਹਾਰ ਗਈ ਆ। ਅਤੇ ਹੁਣ ਸਾਨੂੰ ਆਸ ਆ ਵੀ ਉਹ ਕਾਂਸੀ ਦੇ ਤਗਮੇ ਦੇ ਵਿੱਚ ਪੀ ਵੀ ਸਿੰਧੂ ਜਿਹੜੀ ਆ ਉਹ ਲੈ ਕੇ ਆਊਗੀ। ਅਤੇ ਜੇ ਮੈਂ ਕਹਾਂ ਵੀ ਮਹਿਲਾ ਜਿਹੜੀਆਂ ਨੇ ਸਾਡੇ ਦੇਸ਼ ਦੀਆਂ, ਅਤੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਹੈਗਾ ਸਾਡੇ ਦੇਸ਼ ਦਾ ਨਾਂ ਉੱਚਾ ਕਰਨਾ, ਅਤੇ ਸਾਨੂੰ ਕਾਫੀ ਆਸ ਆ। ਬਿਲਕੁਲ, ਅਗਲੀ ਖਬਰ ਜਿਹੜੀ ਹੈ ਉਹ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ। ਸਾਡੇ ਦੇਸ਼ ਦੇ 10 ਸੂਬਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੁੱਗਲ ਸਾਹਿਬ ਇੱਕ ਵਾਰ ਫਿਰ ਵੱਧਦੇ ਨਜ਼ਰ ਆ ਰਹੇ ਨੇ। ਹਾਂਜੀ ਬਿਲਕੁਲ, ਜਿਹੜੇ ਬੜੀ ਮਨਭਾਗੀ ਖਬਰ ਆ ਇਹ, ਕਿਉਂਕਿ 10 ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੀ ਪੋਜ਼ਿਟਿਵਿਟੀ ਦਰ ਆ ਉਹ 10% ਤੋਂ ਉੱਪਰ ਆ ਜੀ, ਅਤੇ ਜਿਹੜੇ 53 ਇਸ ਤਰ੍ਹਾਂ ਦੇ ਜ਼ਿਲ੍ਹੇ ਨੇ ਇਹਨਾਂ 10 ਸਟੇਟਾਂ ਦੇ, 49 ਜ਼ਿਲ੍ਹਿਆਂ ਦੀ ਗੱਲ ਕੀਤੀ ਹੈ ਮੈਂ, ਅਤੇ 49 ਜਿਹੜੇ 53 ਡਿਸਟ੍ਰਿਕਟ ਨੇ ਉਹਨਾਂ 'ਚ 5 ਤੋਂ ਲੈ ਕੇ 10 ਤੱਕ ਪੋਜ਼ਿਟਿਵਿਟੀ ਦਰ ਆ। ਅਤੇ ਕੱਲ੍ਹ 41,699 ਕੇਸ ਜਿਹੜੇ ਨੇ ਉਹ ਆਏ ਨੇ, ਅਤੇ 593 ਜਿਹੜੀਆਂ ਹੈਗੀਆਂ ਨੇ ਇਹ ਕੈਜੁਅਲਟੀਜ਼ ਹੋਈਆਂ ਨੇ, ਡੈਥਸ ਹੋਈਆਂ ਨੇ। ਸੋ ਇੱਕ ਵਾਰੀ ਫਿਰ ਮਤਲਬ ਕਿ ਜਿਹੜਾ ਹੈਗਾ ਇਹ ਥੋੜ੍ਹਾ ਜਿਹਾ ਕਰੋਨਾ ਦੇ, ਕਿਉਂਕਿ ਵਾਰ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਡਾ ਕੇਂਦਰੀ ਸਿਹਤ ਮੰਤਰਾਲਾ, ਸਾਡਾ ਸੂਬਾ ਸਿਹਤ ਮੰਤਰਾਲਾ ਜਿਹੜਾ ਹੈਗਾ ਉਹ ਵਾਰ ਵਾਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਵੀ ਤੁਸੀਂ ਮਤਲਬ ਕਿ ਹੁਣ ਦੇਖੋ ਜਿਹੜੀਆਂ 10 ਸਟੇਟਾਂ ਦੀ ਗੱਲ ਕੀਤੀ ਆ ਜਿਹਨਾਂ ਦੇ ਵਿੱਚੋਂ ਜ਼ਿਆਦਾ ਕੇਸ ਜਿਹੜੇ ਹੈਗੇ ਕੇਰਲਾ 'ਚੋਂ ਆ ਰਹੇ ਨੇ, ਮਹਾਰਾਸ਼ਟਰ 'ਚੋਂ ਆ ਰਹੇ ਨੇ, ਮਣੀਪੁਰ 'ਚੋਂ ਆ ਰਹੇ ਨੇ, ਮਿਜ਼ੋਰਮ 'ਚ ਆ ਰਹੇ ਨੇ, ਉੜੀਸਾ ਦੇ ਵਿੱਚੋਂ ਆ ਰਹੇ ਨੇ, ਤਾਮਿਲਨਾਡੂ ਦੇ ਵਿੱਚੋਂ ਆ ਰਹੇ ਨੇ, ਮਣੀਪੁਰ ਦੇ ਵਿੱਚੋਂ ਆ ਰਹੇ ਨੇ। ਇਹਨਾਂ ਦੇ ਵਿੱਚ ਉਹਨਾਂ ਨੇ ਫਿਰ ਗੱਲ ਕੀਤੀ ਵੀ ਮਾਈਕਰੋ ਕੰਟੋਨਮੈਂਟ ਜਿਹੜੇ ਹੈਗੇ ਜ਼ੋਨ ਬਣਾਓ, ਅਤੇ ਇਹਨਾਂ ਦਾ ਪੂਰਾ ਜਿਹੜਾ ਹੈਗਾ ਲੋਕਾਂ ਨਾਲ ਚੌਕਸੀ ਰੱਖੋ, ਸਖਤੀ ਵੀ ਕਰੋ, ਤਾਂ ਕਿ ਲੋਕਾਂ ਦੇ ਵਿੱਚ ਜਿਹੜੀਆਂ ਉਹ 4 ਗੱਲਾਂ ਨੇ ਜਿਹੜੀਆਂ ਵਾਰ ਵਾਰ ਸਰਕਾਰ ਦਿਸ਼ਾ ਨਿਰਦੇਸ਼ ਦਿੰਦੀ ਆ ਉਹ ਲੋਕ ਜਿਹੜੇ ਹੈਗੇ ਉਹਨਾਂ ਦੀ ਪਾਲਣਾ ਕਰਨ, ਤਾਂ ਕਿ ਕੋਈ ਤੀਜੀ ਲਹਿਰ ਜਿਹੜੀ ਨਾ ਹੀ ਆਵੇ। ਦੁੱਗਲ ਸਾਹਿਬ, ਕੱਲ੍ਹ ਇੱਕ ਵੱਡੇ ਲੰਬੇ ਵਕਫੇ ਤੋਂ ਬਾਅਦ ਪੰਜਾਬ ਦੇ ਸਾਰੇ ਸਕੂਲ ਜਿਹੜੇ ਨੇ ਉਹ ਖੁੱਲ੍ਹਣ ਜਾ ਰਹੇ ਨੇ, ਜਾਂਦੇ ਜਾਂਦੇ ਕੀ ਕਹਿਣਾ? ਹਾਂਜੀ, 2 ਅਗਸਤ ਤੋਂ ਜਿਹੜੇ ਹੈਗਾ ਇਹ ਖੁੱਲ੍ਹ ਰਹੇ ਨੇ ਸਾਰੇ ਸਕੂਲ, ਪਰ ਇਹਦੇ ਵਿੱਚ ਵੀ ਸਰਕਾਰ ਨੇ ਜਿਹੜੇ ਦਿਸ਼ਾ ਨਿਰਦੇਸ਼ ਇਹੀ ਦਿੱਤੇ ਨੇ ਵੀ ਜਿਹੜੇ ਮਾਸਕ ਲਾ ਕੇ ਜਾਓ, ਪੂਰਾ ਸਕੂਲਾਂ ਨੂੰ ਸੈਨੇਟਾਈਜ਼ ਕਰੋ, ਅਤੇ ਨਾਲ ਦੀ ਨਾਲ ਜਿਹੜਾ ਹੈਗਾ ਸਾਰੇ ਟੀਚਰਸ ਜਿਹੜੇ ਹੈਗੇ ਉਹ ਵੈਕਸੀਨੇਸ਼ਨ ਦਾ ਟੀਕਾ ਉਹਨਾਂ ਦੇ ਲੱਗਿਆ ਹੋਣਾ ਚਾਹੀਦਾ। ਇਸ ਤਰ੍ਹਾਂ ਦੀਆਂ ਸਾਵਧਾਨੀਆਂ ਸਾਨੂੰ ਕਰਨੀਆਂ ਪੈਣੀਆਂ ਤਾਂ ਕਿ ਅਸੀਂ ਤੀਸਰੀ ਲਹਿਰ ਦੇ ਖਦਸ਼ੇ ਤੋਂ ਜਿਹੜੇ ਬਚੇ ਰਹੀਏ, ਕਿਉਂਕਿ ਜੇ ਅਸੀਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਕੀਤੀ ਤਾਂ ਫਿਰ ਸਾਨੂੰ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਪ੍ਰੀਆ ਭੁਗਤਣੇ ਪੈ ਸਕਦੇ ਆ ਜੀ। ਅਤੇ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਹੁਣ ਦੁੱਗਲ ਸਾਹਿਬ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।